ਅਬੋਹਰ ਦੀ ਮਸ਼ਹੂਰ ਅੱਖਾਂ ਚੈੱਕ ਕਰਨ ਵਾਲੀ ਨਰੂਲਾ ਓਪਟੀਕਲ, ਹਾਂਜੀ ਨਰੂਲਾ ਓਪਟੀਕਲ ਅੱਖਾਂ ਚੈੱਕ ਕਰਨ ਵਾਲੀ ਦੁਕਾਨ 'ਤੇ ਚੋਰਾਂ ਵੱਲੋਂ ਬੀਤੀ ਦੇਰ ਰਾਤ ਚੋਰੀ ਕੀਤੀ ਗਈ ਸੀ, ਜਿਸ ਦਾ ਪਤਾ ਲੱਗਣ 'ਤੇ ਮੌਕੇ 'ਤੇ ਪੁਲਿਸ ਨੂੰ ਬੁਲਾਇਆ ਗਿਆ ਅਤੇ ਪੁਲਿਸ ਨੇ ਆਪਦੀ ਛਾਣਬੀਨ ਸ਼ੁਰੂ ਕਰ ਦਿੱਤੀ। ਹਾਂਜੀ ਨਰੂਲਾ ਓਪਟੀਕਲ 'ਤੇ ਹੋਈ ਚੋਰੀ ਦੀ ਪੁਲਿਸ ਅਬੋਹਰ ਨੇ ਆਪਦੀ ਛਾਣਬੀਨ ਸ਼ੁਰੂ ਕਰ ਦਿੱਤੀ ਅਤੇ ਛਾਣਬੀਨ ਦੌਰਾਨ ਕੁਝ ਹੀ ਘੰਟਿਆਂ ਵਿੱਚ ਅਬੋਹਰ ਪੁਲਿਸ ਨੇ ਦੁਕਾਨ 'ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਚੋਰਾਂ ਨੂੰ ਪਕੜ ਲਿਆ ਹੈ ਅਤੇ ਇਹਨਾਂ ਕੋਲੋਂ ਦੁਕਾਨ ਤੋਂ ਚੋਰੀ ਕੀਤਾ ਸਾਰਾ ਸਮਾਨ ਵੀ ਪਕੜਿਆ ਹੈ। ਜਿਸ ਸੰਬੰਧ ਵਿੱਚ ਅਬੋਹਰ ਪੁਲਿਸ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਕੁਝ ਘੰਟਿਆਂ ਵਿੱਚ ਚੋਰਾਂ ਨੂੰ ਫੜਿਆ ਹੈ। ਅਬੋਹਰ ਥਾਣਾ ਸਿਟੀ 1 ਦੀ ਪੁਲਿਸ ਨੇ ਫੜੇ ਗਏ ਚੋਰਾਂ ਨੂੰ ਸਮਾਨ ਸਮੇਤ ਪੱਤਰਕਾਰਾਂ ਦੇ ਸਾਹਮਣੇ ਲਿਆਂਦਾ ਅਤੇ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਦੀ ਮੁਸਤੈਦੀ ਦੇ ਚਲਦੇ ਕਿਵੇਂ ਚੋਰਾਂ ਨੂੰ ਸਮਾਨ ਸਮੇਤ ਫੜਿਆ ਹੈ ਅਤੇ ਇਹ ਵੀ ਪਤਾ ਲੱਗਿਆ ਵੀ ਇਹਨਾਂ ਵਿੱਚੋਂ ਇੱਕ ਚੋਰ ਪਹਿਲਾਂ ਇਸੇ ਦੁਕਾਨ 'ਤੇ ਕੰਮ ਕਰਦਾ ਸੀ ਅਤੇ ਅਜੀਮਗੜ੍ਹ ਵਿੱਚ ਦੁਕਾਨ ਖੋਲ੍ਹਣੀ ਸੀ, ਉਸਨੇ ਆਪਣੀ ਐਨਕਾਂ ਦੀ ਹੋ ਸਕਦਾ ਹੈ ਲਾਲਚ ਵੰਸ਼ ਉਸਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ। ਇਸ ਸੰਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਅਬੋਹਰ ਥਾਣਾ ਨੰਬਰ 1 ਦੇ ਪੁਲਿਸ ਟੀਮ ਦੇ ਇੰਚਾਰਜ ਨੇ ਹੋਰ ਕੀ ਕੁਝ ਕਿਹਾ ਅਤੇ ਕਿਵੇਂ ਰੇਕੀ ਕਰਕੇ ਚੋਰਾਂ ਨੂੰ ਕਾਬੂ ਕੀਤਾ ਅਤੇ ਕਿੰਨੀ ਮੁਸ਼ਕਲ ਨਾਲ ਕੁਝ ਘੰਟਿਆਂ ਵਿੱਚ ਨਰੂਲਾ ਐਪਟੀਕਲ 'ਤੇ ਹੋਈ ਐਨਕਾਂ ਦੀ ਦੁਕਾਨ 'ਤੇ ਚੋਰੀ ਸਮਾਨ ਸਮੇਤ ਚੋਰਾਂ ਨੂੰ ਫੜਿਆ ਹੈ ਅਤੇ ਅਗਲੀ ਦੀ ਇਹਨਾਂ 'ਤੇ ਕੀ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੀ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਬੋਲਦੇ ਹੋਏ ਹੋਰ ਕੀ ਕੁਝ ਕਿਹਾ, ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ। ਐਨਕਾਂ ਨੂੰ ਲੈ ਕੇ ਜੋ ਤਿਆਰ ਕਰਨ ਵਾਲੀ ਇੱਕ ਮਸ਼ੀਨ ਅਤੇ ਨਾਲ ਕੁਝ ਫਰੇਮ ਅਤੇ ਹੋਰ ਸਮਾਨ ਲੈ ਕੇ ਇਹ ਦੋ ਚੋਰ ਜਿਹੜੇ ਨੇ ਕਰਨ ਕੁਮਾਰ ਅਤੇ ਅੰਕਿਤ, ਜਿਨ੍ਹਾਂ ਨੇ ਚੋਰੀ ਕੀਤੀ ਸੀਗੀ ਜੀ, ਔਰ ਸਾਡੀ ਜਿਹੜੀ ਹੈ ਜਿਹੜੀ ਮੁਸ਼ਤੈਦੀ ਦੇ ਨਾਲ ਪੂਰੀ ਮੁਸ਼ਤੈਦੀ ਦੇ ਨਾਲ ਉਹਨਾਂ ਦਾ ਪਿੱਛਾ ਕਰਦੇ ਹੋਏ ਜਿਹੜਾ ਅਸੀਂ ਇਸਨੂੰ ਟਰੈਕ ਕੀਤਾ ਅਤੇ ਜੋ ਓਪਟੀਕਲ ਨਰੂਲਾ ਓਪਟੀਕਲ ਦੇ ਮਦਈ ਨੇ ਜੀ, ਉਹਨਾਂ ਨੇ ਆਪਣੇ ਬਿਆਨ ਦਰਜ ਕਰਵਾਏ ਅਤੇ ਮੁਕੱਦਮਾ ਨੰਬਰ 21/19/24 ਹੈ ਉਹ ਰਜਿਸਟਰਡ ਕੀਤਾ ਗਿਆ। ਤਾਂ ਇਹ ਫਿਲਹਾਲ ਜਿਹੜਾ ਹੈ ਅੱਜ ਇਹਨਾਂ ਦੀ ਅਰੈਸਟ ਜਿਹੜੀ ਹੈ ਪੈ ਚੁੱਕੀ ਹੈ ਜੀ, ਅਤੇ ਕੁਛ ਹੀ ਯਾਨੀ ਕਿ ਘੰਟਿਆਂ ਦੇ ਵਿੱਚ ਪੁਲਿਸ ਨੇ ਇਸਨੂੰ ਟਰੈਕ ਕੀਤਾ ਜੀ। ਕੀ ਚੀਜ਼ਾਂ ਬਰਾਮਦ ਹੋਈਆਂ ਸਰ ਇਹਨਾਂ ਕੋਲ? ਇਹਦੇ ਕੋਲੋਂ ਜੀ ਇੱਕ ਮਸ਼ੀਨ ਹੈ ਜੀ ਅਤੇ ਨਾਲ ਹੋਰ ਫਰੇਮ ਜਿਹੜੇ ਮਹਿੰਗੇ ਫਰੇਮ ਨੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ। ਨੀਅਰ ਬਾਏ 1.5-2 ਲੱਖ ਦੀ ਜਿਹੜੀ ਹੈ ਮਲੀਤੀ ਹੈ ਜੀ। ਸਰ ਇਹ ਕਿੱਥੋਂ ਦੇ ਚੋਰ ਸੀਗੇ, ਕੌਣ ਸੀਗੇ ਜੀ? ਇਹ ਚੋਰ ਕਰਨ ਕੁਮਾਰ ਹੈ ਜੀ, ਰਾਜੀਵ ਨਗਰ ਦਾ, ਦੂਜਾ ਅੰਕਿਤ ਕੁਮਾਰ ਹੈ ਜੀ, ਇਹ ਅਜੀਮਗੜ੍ਹ ਦਾ ਜੀ। ਸਰ ਪਹਿਲਾਂ ਵੀ ਦੁਕਾਨ 'ਤੇ ਕੋਈ ਕੰਮ ਕੁੰਮ ਕਰਦੇ ਸੀ, ਕੋਈ ਇਹਨਾਂ ਨੇ ਰੈਕੀ ਕੀਤੀ ਸੀ? ਇਹ ਸਾਨੂੰ ਸਾਹਮਣੇ ਆਇਆ ਪੁੱਛਗਿੱਛ ਤੋਂ ਜੀ ਵੀ ਜਿਹੜੀ ਇਸੇ ਹੀ ਦੁਕਾਨ 'ਤੇ ਪਹਿਲਾਂ ਇਹ ਜਿਹੜਾ ਹੈ ਇੱਕ ਲੜਕਾ ਕੰਮ ਕਰਦਾ ਰਿਹਾ ਜੀ, ਅਤੇ ਹੁਣ ਵੀ ਸ਼ਾਇਦ ਇਹਨਾਂ ਨੇ ਆਪ ਵੀ ਕੰਮ ਕਰਨਾ ਸੀਗਾ, ਕੁਛ ਇਸੇ ਮਕਸਦ ਦੇ ਨਾਲ ਹੀ ਜਿਹੜੇ ਲਾਲਚਵਸ਼ ਹੋ ਕੇ ਇਹਨਾਂ ਨੇ ਕੰਮ ਕੀਤਾ ਜੀ। ਪਹਿਲਾਂ ਵੀ ਕੋਈ ਮੁਕੱਦਮੇ ਦਰਜ ਹੈ? ਨਹੀਂ ਜੀ, ਪਹਿਲਾਂ ਇਹਨਾਂ 'ਤੇ ਮੁਕੱਦਮਾ ਕੋਈ ਨਹੀਂ ਦਰਜ। ਸਰ ਕੋਈ ਦੁਕਾਨ ABN ਨਿਊਜ਼ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰੇ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ। ਜੈ ਹਿੰਦ, ਜੈ ਭਾਰਤ।